ਟੋਡੇ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ ਆ ਤੇ ਹਜੇ ਤੱਕ ਉਹਦਾ ਨੌਕਰੀ ਨਹੀਂ ਲੱਗਿਆ ਕੋਈ ਚੰਡੀਗੜ੍ਹ 'ਚ ਕਹਿੰਦੇ ਵੀ ਨਸ਼ਾ ਨੋਸ਼ਾ ਵੀ ਬਹੁਤ ਚੱਲਦਾ ਹੈ ਤੇ ਉਹਦਾ ਇਗਜ਼ਾਮ ਦੇ ਵੀ ਰਿਹਾ ਕਿ ਕੋਈ ਹੋਰ ਕੰਮਾਂ 'ਚ ਲੱਗ ਗਿਆ ਸਿਰਫ ਯੂਪੀ ਬੱਸੀ ਵਾਲੀ ਹੀ ਟਾਰਗੇਟ ਲੈ ਕੇ ਚੱਲ ਰਿਹਾ ਸੀ ਵੀ ਇਹ ਕਲੀਅਰ ਕਰਨਾ ਤੇ ਇਹੀ ਕਰਨਾ ਪਰ ਮੈਨੂੰ ਉਸ ਟਾਈਮ ਤੇ ਇੱਕ ਗਲਤੀ ਹੋਈ ਕਿ ਫਿਰ ਮੈਂ ਮਨ ਟੁੱਟ ਗਿਆ ਜਦੋਂ ਤੇ ਕਰਦਿਆਂ ਨੂੰ ਕਿਹਾ ਵੀ ਪੰਜਾਬ ਤਾਂ ਬੁਰਾ ਹਾਲ ਹੈ ਪੇਪਰ ਮੈਂਨੇ ਟਾਈਮ ਤੋਂ ਤਿਆਰੀ ਕਰ ਰਿਹਾ ਸੀ ਹੁਣ ਮੈਂ ਉੱਥੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਪੁਲਸ ਵਾਲੇ ਨੂੰ ਗਾਲਾਂ ਕੱਢ ਕੇ ਬਸ ਆਪਦਾ ਮਨ ਨੂੰ ਸੈਟੀਸਫਾਈ ਕਰ ਲਾਂ ਮੈਂ ਇਹ ਸੋਚਿਆ ਮੈਂ ਜੇ ਆਪ ਉਸੇ ਭਰਤੀ ਹੋਵਾਂ ਤਾਂ ਘੱਟੋ ਘਾਟ ਹੁਣ ਤਾਂ ਮੈਂ ਇੱਥੇ ਕੁਝ ਨਾ ਕੁਝ ਕਰਕੇ ਦਿਖਾਵਾਂਗਾ ਜੇ ਇਹ ਗੱਲ ਕਰਤੀ ਇਹਨਾਂ ਨੇ ਮੇਰੇ ਤਿੰਨੇ ਇਗਜ਼ਾਮ ਕਲੀਅਰ ਵੀ ਹੋ ਗਏ ਤੇ ਡਿਸਟ੍ਰਿਕਟ ਹੈਡਰ ਪੰਜਾਬ ਪੁਲਿਸ ਮੇਰਾ ਫਰਸਟ ਰੈਂਕ ਆਇਆ ਹਲੌਰ ਪੰਜਾਬ ਮੈਂ ਕਿਹਾ ਹਾਂ ਜੀ ਜੀ ਮੈਂ ਵੀ ਮੁਲਾਜ਼ਮ ਹੀ ਐ ਤੇ ਕਹਿੰਦੇ ਫਿਰ ਗੁਰ ਗੁੱਸਾ ਨਾ ਮੰਨਿਓ ਵੀ ਮੈਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਪੁੱਲਰ ਤੇ ਮੈਂ 2017 ਤੋਂ ਪੰਜਾਬ ਪੁਲਿਸ ਵਿੱਚ ਆਏ ਸਬ ਇੰਸਪੈਕਟਰ ਵਜੋਂ ਕੰਮ ਕਰ ਰਿਹਾ ਸਾਡਾ ਪਿਛੋਕੜ ਮਾਝੇ ਦੇ ਏਰੀਆ ਦਾ ਤਰਨਤਨ ਕੋਲੇ ਪੁੱਲਰ ਪਿੰਡ ਹੈ ਤੇ ਗਰੀਬੀ ਦੇ ਕਾਰਨ ਸਾਡੇ ਪਰਦਾਦਾ ਜੀ ਹੁਣੇ ਗੰਗਾ ਨਗਰ ਸ਼ਿਫਟ ਹੋ ਗਏ ਸੀਗੇ ਤੇ ਮੇਰੀ ਮੁੱਢਲੀ ਸਿੱਖਿਆ ਗੰਗਾ ਨਗਰ ਚ ਹੀ ਹੋਈ ਹੈ ਤੇ ਗੰਗਾ ਨਗਰ ਵਿੱਚੋਂ ਮੈਂ ਸਕੂਲ ਚ ਪੜਦਾ ਸੀ ਇੱਕ ਐਵਰੇਜ ਸਟੂਡੈਂਟ ਸੀਗਾ ਪੜ੍ਹਾਈ ਵਿੱਚ ਜ਼ਿਆਦਾ ਦਿਲ ਵੀ ਨਹੀਂ ਲੱਗਦਾ ਖੇਡਾਂ ਵੱਲ ਜ਼ਿਆਦਾ ਧਿਆਨ ਹੁੰਦਾ ਸੀਗਾ ਤੇ ਨਾਰਮਲੀ ਮੇਰੇ ਹਰੇਕ ਕਲਾਸ ਵਿੱਚ 74-75% ਆਉਂਦੇ ਸੀਗੇ ਤੇ ਮੈਨੂੰ ਹਾਲਾਂਕਿ ਮੇਰੇ ਮਦਰ ਤੇ ਫਾਦਰ ਦੋਵੇਂ ਗਵਰਨਮੈਂਟ ਜੌਬਸ 'ਤੇ ਸੀਗੇ ਪਰ ਉਹ ਵੀ ਇੰਨੇ ਜਾਗਰੂਕ ਨਹੀਂ ਸੀਗੇ ਕਿ ਬੱਚੇ ਨੂੰ ਹੋ ਕੇ ਕਿ ਪੜਾਉਣਾ ਆ ਵੀ ਉਹ ਕੀ ਨੌਕਰੀ ਕਰੇ ਤੇ ਮੈਨੂੰ ਆਪ ਨੂੰ ਵੀ ਨਹੀਂ ਜਾਗਰੂਕਤਾ ਨਹੀਂ ਸੀ ਮੇਰੇ ਜਿਹੜੇ ਕਜ਼ਨ ਸੀਗੇ ਮਾਮਾ ਜੀ ਦੇ ਵੱਡੇ ਬੇਟੇ ਉਹ ਇੰਜੀਨੀਅਰਿੰਗ ਕਰਕੇ اٹੇ ਸੀ ਪਹਿਲਾਂ ਤੇ ਉਸ ਟਾਈਮ ਤੇ ਇੰਜੀਨੀਅਰਿੰਗ ਦੀ ਬਹੁਤ ਵਾਈਬ ਸੀਗੀ ਜਾਂ ਬਹੁਤ ਡਿਮਾਂਡ ਸੀਗੀ ਤੇ ਉਹਨਾਂ ਨੇ ਕਿਹਾ ਵੀ ਇੰਜੀਨੀਅਰਿੰਗ ਕਰਾ ਦਿਓ ਫਿਰ ਮੈਂ ਪਲੱਸ 2 ਤੋਂ ਬਾਅਦ ਇੰਜੀਨੀਅਰਿੰਗ ਕਰਨ ਗੁਰਨਾਨ ਸਿੰਘ ਦੇ ਇੰਜੀਨੀਅਰਿੰਗ ਕਾਲਜ ਲੁਧਿਆਣੇ ਆਇਆ ਉੱਥੋਂ ਹੀ ਇੰਜੀਨੀਅਰਿੰਗ ਕੀਤੀ ਮੈਂ ਬੀਟੈਕ ਇਲੈਕਟ ਤੇ ਉਹਦੇ ਵਿੱਚ ਵੀ ਕੁਝ ਖਾਸ ਨੰਬਰ ਨਹੀਂ ਸੀ ਮੇਰੇ 74 75 ਪਰਸੈਂਟ ਮਾਰਕਸ ਹੀ ਆਏ ਸੀਗੇ ਤੇ ਇੰਜੀਨੀਅਰਿੰਗ ਕਰਨ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰਾ ਇੰਟਰਸਟ ਇੰਜੀਨੀਅਰਿੰਗ 'ਚ ਨਹੀਂ ਸੀਗਾ ਤਾਂ ਜਦੋਂ ਬੀਟੈਕ ਮੇਰੀ ਕੰਪਲੀਟ ਹੋ ਗਈ ਫਿਰ ਅੱਗੇ ਮੈਂ ਸੋਚਿਆ ਕਿ ਮੈਂ ਸਰਕਾਰੀ ਨੌਕਰੀਆਂ ਦੀ ਤਿਆਰੀ ਕਰੂੰਗਾ ਤੇ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਲਈ ਮੈਂ ਚੰਡੀਗੜ੍ਹ ਵਿੱਚ ਆਇਆ ਤੇ ਚੰਡੀਗੜ੍ਹ ਵਿੱਚ ਪਹਿਲਾਂ ਹੀ ਮੇਰੇ ਜਿਹੜੇ ਮਾਮਾ ਜੀ ਦੇ ਛੋਟੇ ਬੇਟੇ ਸੀ ਉਹ ਐਸਆਈ ਸੀਗੇ ਪਹਿਲਾਂ ਹੀ ਪੰਜਾਬ ਪੁਲਿਸ ਵਿੱਚ ਤੇ ਅੱਗੇ ਪੀਸੀਐਸਸੀ ਦੀ ਤਿਆਰੀ ਕਰ ਰਹੇ ਸੀ ਤੇ ਯੂਪੀਐਸਸੀ ਦੀ ਵੀ ਤਿਆਰੀ ਕਰਦੇ ਸੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਤੂੰ ਯੂਪੀਐਸਸੀ ਦੀ ਤਿਆਰੀ ਕਰ ਸਕਦਾ ਤੇ ਮੈਂ ਬੜਾ ਡੈਡੀਕੇਸ਼ਨ ਨਾਲ 2013 ਦੇ ਐਂਡ ਵਿੱਚ ਯੂਪੀਐਸਸੀ ਦੀ ਤਿਆਰੀ ਕਰਨ ਲੱਗਿਆ ਸੀਗਾ ਤੇ ਉਸ ਟਾਈਮ ਦੇ ਦੌਰਾਨ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਤੇ ਜਿਹੜੇ ਬੀ ਗ੍ਰੇਡ ਤੇ ਸੀ ਗ੍ਰੇਡ ਦੀਆਂ ਪੋਸਟਾਂ ਜਿਹੜੀਆਂ ਹੁੰਦੀਆਂ ਜਿਵੇਂ ਫੀਲਡ ਆਫੀਸਰ ਹੋ ਗਿਆ ਕੋਆਪਰੇਟਿਵ ਇਨਸਪੈਕਟਰ ਹੋ ਗਿਆ ਮੇ ਬੀ ਗ੍ਰੇਡ ਦੀਆਂ ਪੋਸਟਾਂ ਜਾਂ ਫਿਰ ਸੀ ਗ੍ਰੇਡ ਦੀਆਂ ਪੋਸਟਾਂ ਮੈਂ ਇਹਨਾਂ ਵੱਲ ਜ਼ਿਆਦਾ ਸੀਰੀਅਸ ਨਹੀਂ ਸੀਗਾ ਪਰ ਮੈਨੂੰ ਜਿਹੜੇ ਮੇਰਾ ਪੀਅਰ ਗਰੁੱਪ ਸੀ ਆ ਜਿਹੜੇ ਵੱਡੇ ਸੀਨੀਅਰ ਸੀਗੇ ਮੇਰੇ ਕਜ਼ਨ ਦੇ ਜਿਹੜੇ ਬੈਚਮੇਟ ਸੀਗੇ ਉਹ ਮੈਨੂੰ ਕਹਿ ਰਹੇ ਸੀ ਵੀ ਤੂੰ ਐਗਜ਼ਾਮ ਜ਼ਰੂਰ ਦਿਆ ਕਰੇ ਵੀ ਤੈਨੂੰ ਪਤਾ ਲੱਗ ਜਾਊ ਐਗਜ਼ਾਮ ਹੋ ਕੇ ਵੀਰੇ ਆਪਾਂ ਮੈਂ ਤੂੰ ਸੀਰੀਅਸ ਨਹੀਂਗਾ ਕੋਈ ਗੱਲ ਨਹੀਂ ਤਾਂ ਮੈਂ ਉਹ ਐਗਜ਼ਾਮ ਵੀ ਦੇਣਾ ਸ਼ੁਰੂ ਕਰਤੇ 2013 ਐਂਡ ਤੋਂ ਮੈਂ ਐਗਜ਼ਾਮ ਦੇਣਾ ਸ਼ੁਰੂ ਕੀਤਾ ਪਹਿਲਾ ਪੇਪਰ ਮੈਂ ਫੀਲਡ ਆਫੀਸਰ ਦਾ ਦਿੱਤਾ ਸੀਗਾ ਉਹਦੇ ਵਿੱਚ ਉਹਦਾ ਮੇਰੀ ਤੇ ਆਏ 3-4 ਮਹੀਨੇ ਦੀ ਸੀਗੀ ਤੇ 75% ਮਾਰਕਸ ਕੱਟਆਫ ਜਾਂਦੀ ਹੁੰਦੀ ਸੀ ਉਸ ਟਾਈਮ ਤੇ ਪੇਪਰਾਂ ਦੀ ਤੇ ਮੇਰੇ ਪੈਂਟਕ ਨੰਬਰ ਆਏ ਸੀਗੇ ਤੋਂ ਪਹਿਲਾਂ ਪਹਿਲਾ ਪੇਪਰ ਜਿਹੜਾ ਮੈਂ ਰਹਿ ਗਿਆ ਉਸ ਤੋਂ ਬਾਅਦ 2015 ਵਿੱਚ ਮੈਂ ਪਹਿਲੀ ਵਾਰੀ ਯੂਪੀਐਸਸੀ ਪ੍ਰੀਲਿਮਸ ਦਿੱਤਾ ਸੀਗਾ ਉਸ ਟਾਈਮ ਦੇ ਦੌਰਾਨ ਮੈਂ ਲਗਭਗ 20-25 ਪੇਪਰ ਦੇ ਚੁੱਕਿਆ ਹੀ ਸਰਕਾਰੀ ਤੇ ਸਾਰਿਆਂ ਵਿੱਚ ਹੀ ਮੈਂ ਲਗਭਗ ਫੇਲ ਹੋ ਗਿਆ ਸੀਗਾ ਕਿਉਂਕਿ ਮੈਂ ਜ਼ਿਆਦਾ ਤਿਆਰੀ ਨਹੀਂ ਸੀ ਕਰ ਰਿਹਾ ਉਹਨਾਂ ਦੀ ਇਹ ਕੇ ਵੀ ਸ਼ਾਇਦ ਮਿੱਥ ਬਣਿਆ ਹੁੰਦਾ ਲੋਕੀ ਕਹਿੰਦੇ ਆ ਵੀ ਜਿਹੜਾ ਬੰਦਾ ਯੂਪੀਐਸਸੀ ਦੀ ਤਿਆਰੀ ਕਰਦਾ ਉਹ ਸਾਰੇ ਪੇਪਰ ਕਲੀਅਰ ਕਰ ਲੈਂ ਪਰ ਇਦਾਂ ਨਹੀਂ ਹੈਗਾ ਉਹਨਾਂ ਵਿੱਚ ਵੀ ਹਰੇਕ ਪੇਪਰ ਦੀ ਵੱਖਰੀ ਡਿਮਾਂਡ ਹੁੰਦੀ ਹੈ ਕਿਸੇ 'ਚ ਟਾਈਪਿੰਗ ਆਉਂਦੀ ਹੈ ਕਿਸੇ ਵਿੱਚ ਫੈਕਟ ਆਉਂਦੇ ਜ਼ਿਆਦਾ ਕਿ ਸਮੈਥ ਜ਼ਿਆਦਾ ਮਤਲਬ ਜ਼ੋਰ ਦੇਣਾ ਪੈਂਦਾ ਤਾਂ ਕਰਕੇ ਮੇਰੇ ਉਹ ਐਗਜ਼ਾਮ ਕਲੀਅਰ ਨਹੀਂ ਸੀ ਹੋ ਰਹੇ ਤਾਂ ਜਦੋਂ ਮੈਨੂੰ 2.25 ਸਾਲ ਹੋ ਗਏ ਸੀ ਤਿਆਰੀ ਕਰਦੇ ਨੂੰ ਮੈਂ ਯੂਪੀਐਸਸੀ ਦੀ ਤਿਆਰੀ ਕਰੀ ਜਾਂਦਾ ਸੀ ਤੇ ਕਰਦੇ ਜਿਹੜੇ ਉਹ ਮੈਨੂੰ ਜ਼ਿਆਦਾ ਪ੍ਰੈਸ਼ਰ ਨਹੀਂ ਹੀ ਪਾਉਂਦੇ ਵੀ ਤੇਰਾ ਐਗਜ਼ਾਮ ਨਹੀਂ ਕਲੀਅਰ ਹੋਇਆ ਪਰ ਘਰਦਿਆਂ ਨੂੰ ਰਿਸ਼ਤੇਦਾਰ ਤੇ ਜਿਹੜੇ ਸਮਾਜ ਦੇ ਜਾਣ ਪਛਾਣ ਹੁੰਦੀ ਹੈ ਉਹ ਪੁੱਛਦੇ ਰਹਿੰਦੇ ਸੀਗੇ ਵੀ ਤੁਹਾਡੇ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ ਆ ਤੇ ਹਜੇ ਤੱਕ ਉਹਦਾ ਨੌਕਰੀ ਨਹੀਂ ਲੱਗਿਆ ਕੋਈ ਤੇ ਫੇਰ ਕਹਿੰਦੇ ਸੀ ਵੀ ਚੰਡੀਗੜ੍ਹ ਗਿਆ ਹੋਇਆ ਵੀ ਤੁਸੀਂ ਧਿਆਨ ਵੀ ਰੱਖਦੇ ਆਂਦਾ ਵੀ ਚੰਡੀਗੜ੍ਹ 'ਚ ਕਹਿੰਦੇ ਵੀ ਨਸ਼ਾ ਨੁਸ਼ਾ ਵੀ ਬਹੁਤ ਚੱਲਦਾ ਹੈ ਤੇ ਉਹਦਾ ਐਗਜ਼ਾਮ ਦੇ ਵੀ ਰਿਹਾ ਕਿ ਕੋਈ ਹੋਰ ਕੰਮਾਂ 'ਚ ਲੱਗ ਗਿਆ ਕਿਉਂਕਿ ਮੈਂ ਜਦੋਂ ਤਿਆਰੀ ਕਰਦਾ ਸੀਗਾ ਤੇ ਮੈਂ ਛੇ-ਛੇ ਮਹੀਨੇ ਸਾਤ-ਸਾਤ ਮਹੀਨੇ ਨਿਆ ਸਾਲ ਸਾਲ ਘਰੇ ਨਹੀਂ ਸੀ ਜਾਂਦਾ ਮੈਂ ਬਹੁਤ ਸਿੱਦਤ ਨਾਲ ਤਿਆਰੀ ਕਰ ਰਿਹਾ ਸੀਗਾ ਤੇ ਮੈਂ ਸਿਰਫ ਯੂਪੀਐਸਸੀ ਵਾਲੀ ਹੀ ਟਾਰਗੇਟ ਲੈ ਕੇ ਚੱਲ ਰਿਹਾ ਸੀ ਵੀ ਇਹ ਕਲੀਅਰ ਕਰਨਾ ਤੇ ਇਹੀ ਕਰਨਾ ਪਰ ਮੈਨੂੰ ਉਸ ਟਾਈਮ ਤੇ ਇੱਕ ਗਲਤੀ ਹੋਈ ਕਿ ਜਿਵੇਂ ਯੂਪੀਐਸਸੀ ਦੀ ਕੋਈ ਤਿਆਰੀ ਕਰਦਾ ਉਹਨੂੰ ਪਤਾ ਹੋਊਗਾ ਵੀ ਤਿੰਨ ਪੜਾਅ ਹੁੰਦੇ ਆ ਪ੍ਰੀਲੀਮ ਮੇਨਸ ਤੇ ਇੰਟਰਵਿਊ ਮੈਂ ਸਿਰਫ ਪ੍ਰੀਰੀ ਤਿਆਰੀ ਕਰਦਾ ਰਿਹਾ ਮੈਂ ਮੇਨਸ ਦੀ ਤਿਆਰੀ ਨਹੀਂ ਕੀਤੀ 2015 ਵਿੱਚ ਮੈਂ ਫਸਟ ਅਟੈਂਪਟ ਦਿੱਤਾ ਯੂਪੀਐਸਸੀ ਦਾ ਤੇ ਮੇਰਾ ਪ੍ਰੀਲੀਮਸ ਕਲੀਅਰ ਹੋ ਗਿਆ ਉਸ ਤੋਂ ਬਾਅਦ ਮੇਰੇ ਕੋਲੇ ਦੋ ਆਪਸ਼ਨ ਸੀਗਾ ਜਾਂ ਤਾਂ ਮੈਂ ਮੇਨਸ ਦ ਇੱਕ ਹੋਰ ਪੇਪਰ ਵੀ ਫਾਰਮ ਵੀ ਭਰਿਆ ਹੋਇਆ ਸੀਗਾ ਪੰਜਾਬ ਗਵਰਨਮੈਂਟ ਦਾ ਲੋਕਲ ਗਵਰਨਮੈਂਟ ਦਾ ਐਗਜ਼ਾਮ ਸੀਗਾ ਉਹ ਭਰਿਆ ਹੋਇਆ ਸੀ ਤੇ ਮੈਨੂੰ ਇਹ ਸੀਗਾ ਕਿ ਮੇਨਸ ਦੀ ਤਾਂ ਮੇਰੀ ਤਿਆਰੀ ਨਹੀਂ ਹੈਗੀ ਕਿਉਂਕਿ ਆਪਸ਼ਨਲ ਜਮਾਂ ਹੀ ਨਹੀਂ ਤਿਆਰ ਹੈਗਾ ਤਿੰਨੇ ਘੱਟ ਟਾਈਮ ਤਿੰਨ ਮਹੀਨਾ ਚ ਆਪਸ਼ਨਲ ਤਿਆਰ ਕਰਨਾ ਤੇ ਬਾਕੀ ਮੇਨ ਸਬਜੈਕਟ ਤਿਆਰ ਕਰਨੇ ਬੜੇ ਔਖੇ ਸੀਗੇ ਤਾਂ ਕਰਕੇ ਮੈਂ ਮੇਨਸ ਨੂੰ ਛੱਡ ਕੇ ਮੈਂ ਸੋਚਿਆ ਮੈਂ ਅਗਲੇ ਸਾਲ ਮੇਰੀ ਪ੍ਰੀ ਦੀ ਤਿਆਰੀ ਹੈਗੀ ਮੇਨਸ ਦੀ ਤਿਆਰੀ ਕਰਕੇ ਅਗਲੇ ਸਾਲ ਯੂਪੀਐਸਸੀ ਦਊਂਗਾ ਮੈਂ ਇੱਕ ਵਾਰੀ ਲੋਕਲ ਗਵਰਨਮੈਂਟ ਦਾ ਐਗਜ਼ਾਮ ਦੇ ਲਵਾਂ ਤੇ ਜਦੋਂ ਮੈਂ ਲੋਕਲ ਗਵਰਨਮੈਂ ਤੇ ਮੇਰੇ ਠੀਕ ਮਾਰਕਸ ਬਣ ਗਏ ਸੀ 78 ਕ ਨੰਬਰ ਬਣੇ ਸੀ ਤੇ ਉਸ ਟਾਈਮ 75 ਕਟਆਫ ਜਾਂਦੀ ਸੀ ਪਰ ਬਾਅਦ ਪਤਾ ਲੱਗਾ ਕਿ ਉਹ ਪੇਪਰ ਲੀਕ ਹੋ ਗਿਆ ਸੀਗਾ ਤੇ ਉਹਦੀ ਕਟਆਫ 88 ਚੱਲੀ ਗਈ ਸੀ ਤਾਂ ਉਸ ਟਾਈਮ ਤੇ ਮੈਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਗਿਆ ਅੰਦਰੋਂ ਟੁੱਟ ਗਿਆ ਕਿ ਮੈਨੂੰ ਲਗਭਗ 2.5 3 ਸਾਲ ਹੋ ਗਏ ਤਿਆਰੀ ਕਰਦੇ ਨੂੰ ਤੇ ਪਹਿਲੀ ਵਾਰੀ ਮੈਂ ਵੀ ਗ੍ਰੇਡ ਦਾ ਐਗਜ਼ਾਮ ਵੀ ਪੂਰੀ ਸ਼ਿੱਦਤ ਨਾਲ ਦਿੱਤਾ ਸੀਗਾ ਉਸ ਟਾਈਮ ਤੱਕ ਲਗਭਗ ਮੈਂ ਨੀਅਰ ਅਬਾਊਟ 30 35 ਐਗਜ਼ਾਮ ਦੇ ਚੁੱਕਿਆ ਸੀਗਾ ਪੰਜਾਬ ਗਵਰਨਮੈਂਟ ਦੇ ਤੇ ਸੈਂਟਰ ਗਵਰਨਮੈਂਟ ਦੇ ਤੇ ਮੇਰਾ ਕੋਈ ਵੀ ਐਗਜ਼ਾਮ ਕਲੀਅਰ ਨਹੀਂ ਹੋਇਆ ਤੇ ਫਿਰ ਮੈਂ ਮਨ ਟੁੱਟ ਗਿਆ ਜਦੋਂ ਤੇ ਕਰਦੇ ਨੂੰ ਕਿਹਾ ਵੀ ਪੰਜਾਬ ਤਾਂ ਬੁਰਾ ਹਾਲ ਹੈ ਪੇਪਰ ਮੈਂ ਇੰਨੇ ਟਾਈਮ ਤੋਂ ਤਿਆਰੀ ਕਰ ਰਿਆ ਸੀ ਹੁਣ ਮੈਂ ਇਨੀ ਸ਼ਿੱਦਤ ਨਾਲ ਵੀ ਗ੍ਰੇਡ ਆ ਲਾ ਪੇਪਰ ਦਿੱਤਾ ਤੇ ਲੀਕ ਹੋ ਗਿਆ ਅਜਿਹਾ ਬੁਰੇ ਹਾਲ ਹੀ ਰਹਿਣੇ ਆ ਵੀ ਮੈਨੂੰ ਬਾਹਰ ਭੇਜ ਦਿਓ ਮੈਂ ਕਹਿਣਾ ਜਾਣਾ ਤੇ ਮੈਂ ਤਿਆਰੀ ਛੱਡਤੀ ਕਰਦੇ ਨੇ ਮੈਨੂੰ ਨਹੀਂ ਕਿਹਾ ਕਿ ਤੂੰ ਬਾਹਰ ਜਾਏਗਾ ਪਰ ਮੈਂ ਤਿਆਰੀ ਛੱਡਤੀ ਤੇ ਉਹ ਉਸ ਚੀਜ਼ ਦਾ ਨੁਕਸਾਨ ਮੈਨੂੰ ਇਹ ਹੋਇਆ ਵੀ ਉਸੇ ਸਾਲ ਮੈਂ ਯੂਪੀਐਸਸੀ ਪ੍ਰੀਲੀਮਸ ਕਲੀਅਰ ਕੀਤਾ ਸੀਗਾ ਮੈਂ ਜੂਨ ਚ ਐਗਜ਼ਾਮ ਹੁੰਦਾ ਪ੍ਰੀਲੀਮਸ ਦਾ ਤੇ ਉਸੇ ਸਾਲ ਪੀਸੀਐਸ ਪ੍ਰੀਲੀਮਸ ਆਇ ਉਸ ਤੋਂ ਬਾਅਦ ਮੈਂ ਫਿਰ ਦੁਬਾਰੇ ਜਦੋਂ ਘਰਦਿਆਂ ਨੇ ਕਿਹਾ ਤੁਸੀਂ ਵੀ ਬਾਹਰ ਨਹੀਂ ਜਾਣਾ ਤੇ ਮੈਂ ਸੋਚਿਆ ਵੀ ਘਰਦਿਆਂ ਨੂੰ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਨੂੰ ਦੁਖੀ ਕਰਕੇ ਕਿਉਂ ਬਾਹਰ ਜਾਣਾ ਜੇ ਉਹ ਹੀ ਨਹੀਂ ਸੁਖੀ ਰਹਿਣਗੇ ਫਿਰ ਬਾਹਰ ਜਾਣ ਦਾ ਕੋਈ ਫਾਇਦਾ ਨਹੀਂਗਾ ਤੇ ਮੈਂ ਬਾਹਰ ਦਾ ਆਪਸ਼ਨ ਜਿਹੜਾ ਉਹ ਛੱਡਤਾ ਤੇ ਮੈਂ ਫਿਰ ਦੁਬਾਰੇ ਤਿਆਰੀ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ 2016 ਵਿੱਚ ਨਵੀਆਂ ਭਰਤੀਆਂ ਆਈਆਂ ਕੋਆਪਰੇਟਿਵ ਇਨਸਪੈਕਟਰ ਦੀ ਭਰਤੀ ਆਈ ਸਬ ਇਨਸਪੈਕਟਰ ਡਿਸਟ੍ਰਿਕਟ ਇੰਸਪੈਕਟਰ ਤੇ ਸਬ ਇਨਸਪੈਕਟਰ ਇੰਟੈਲੀਜੈਂਸ ਦੀ ਵਰਤੀ ਆਈ ਮੈਂ ਉਹ ਤਿੰਨੇ ਫਾਰਮ ਭਰੇ ਉਸ ਟਾਈਮ ਜਦੋਂ ਮੈਂ ਫਾਰਮ ਭਰੇ ਸੀਗੇ ਤੇ ਮੈਂ ਬਹੁਤ ਜ਼ਿਆਦਾ ਡੈਡੀਕੇਟਿਡ ਸੀਗਾ ਕੋਪਰੇਟਿਵ ਇੰਸਪੈਕਟਰ ਲਈ ਕਿਉਂਕਿ ਮੈਨੂੰ ਉਸ ਟਾਈਮ ਤੱਕ ਪੰਜਾਬ ਪੁਲਿਸ ਜਾਂ ਫਿਰ ਪੁਲਿਸ ਕਹ ਲਓ ਪੁਲਿਸ ਨੂੰ ਮੈਨੂੰ ਜਿਆਦਾ ਇੰਟਰਸਟ ਨਹੀਂ ਸੀਗਾ ਬਚਪਨ ਤੋਂ ਹੀ ਮੈਂ ਪੁਲਿਸ ਨੂੰ ਨਫ਼ਰਤ ਕਰਦਾ ਸੀਗਾ ਤੇ ਪਰ ਇੱਕ ਜਦੋਂ ਮੈਂ ਐਗਜ਼ਾਮ ਦਿੱਤੇ ਉਸ ਤੋਂ ਬਾਅਦ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਕੁਛ ਇਦਾਂ ਦੇ ਕਿ ਮੈਂ ਜਿਹੜੇ ਆ ਉਹ ਪੁਲਿਸ ਨੂੰ ਹੀ ਜੁਆਇਨ ਕੀਤਾ ਇੱਕ ਇਨਸੀਡੈਂਟ ਉਹਦੇ ਵਿੱਚ ਕੀ ਹੋਇਆ ਮੇਰੇ ਮ ਤੇ ਜਦੋਂ ਉਹਨਾਂ ਨੂੰ ਮੈਂ ਪਿਕ ਕਰ ਲਿਆ ਤੇ ਇੱਕ ਮੈਂ ਥੋੜੀ ਜਿਹੀ ਗਲਤੀ ਕਰ ਲਈ ਕਿ 30 40 ਮੀਟਰ ਦਾ ਇੱਕ ਕੱਟ ਸੀਗਾ ਉਹ ਮੈਂ ਰੋਂਗ ਟਰਨ ਲੈ ਲਿਆ ਤੇ ਮੈਂ ਕਿਉਂਕਿ ਫਰੰਟ ਤੋਂ ਆਉਂਦੇ ਤਾਂ ਇੱਕ 1.5 ਕਿਲੋਮੀਟਰ ਦਾ ਗੈਪ ਪੈਣਾ ਸੀਗਾ ਤਾਂ ਮੈਂ ਉਹ ਕੱਟ ਮਾਰ ਲਿਆ ਗਲਤ ਤੇ ਰੋਂਗ ਸਾਈਡ ਸੀਗੀ ਤੇ ਮੈਨੂੰ ਟ੍ਰੈਫਿਕ ਪੁਲਿਸ ਵਾਲੇ ਇੱਕ ਮੁਲਾਜ਼ਮ ਨੇ ਰੋਕ ਲਿਆ ਤੇ ਚਲੋ ਮੇਰੀ ਗਲਤੀ ਸੀਗੀ ਮੈਂ ਉਹਨਾਂ ਨੂੰ ਕਿਹਾ ਵੀ ਸੌਰੀ ਮੇਰੀ ਗਲਤੀ ਆ ਤੇ ਪਰ ਫੇਰ ਵੀ ਜਿਵੇਂ ਅਸੀਂ ਕਹਿਣ ਲੱਗੇ ਜਿਵੇਂ ਆਮ ਬੰਦਾ ਕੋਈ ਵੀ ਟ੍ਰੈਫਿਕ ਪੁਲਿਸ ਰੋਕਦਾ ਤਾਂ ਕਹਿੰਦਾ ਵੀ ਸਰ ਛੱਡ ਦਿਓ ਤਾਂ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਛੱਡ ਦਿਓ ਅੱਗੇ ਤੋਂ ਗਲਤੀ ਨਹੀਂ ਕਰਾਂਗੇ ਤਾਂ ਚਲੋ ਉਹਨਾਂ ਨੇ ਸਾਨੂੰ ਥੱੜ ਤਾਂ ਦਿੱਤਾ ਪਰ ਉਹਨਾਂ ਨੇ ਜਾਂਦੇ ਜਾਂਦੇ ਮਦਰ ਨੂੰ ਮੇਰੀ ਨੂੰ ਬਹੁਤ ਇੱਕ ਇਹੋ ਜਿਹੀ ਗੱਲ ਕਹੀ ਜਿਹੜੀ ਮੈਨੂੰ ਬਹੁਤ ਇੰਚ ਕੀਤੀ ਉਹਨਾਂ ਨੇ ਕਿਹਾ ਵੀ ਤੁਸੀਂ ਇਹੋ ਜੇ ਕੰਮ ਕਰਦੇ ਹੋ ਵੀ ਤੁਹਾਡੀ ਵਰਗੀਆਂ ਮਾਵਾਂ ਜਦੋਂ ਇਹ ਮਤਲਬ ਛਡਾਉਂਦੀਆਂ ਇਦਾਂ ਇਹਨਾਂ ਨੂੰ ਸਹੀ ਤਰੀਕੇ ਰਸਤੇ ਨਹੀਂ ਪਾਉਂਦੀਆਂ ਪੁੱਠੇ ਰਸਤੇ ਤੇ ਚੱਲਦੇ ਆ ਫਿਰ ਜਦੋਂ ਇਹ ਐਕਸੀਡੈਂਟਾਂ 'ਚ ਮਰ ਜਾਂਦੇ ਫਿਰ ਤੁਸੀਂ ਦੁਹਾਈਆਂ ਪਾਉਂਦੀਆਂ ਸਾਡਾ ਜਵਾਕ ਮਰ ਗਿਆ ਤਾਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਇਹ ਗੱਲ ਮੈਨੂੰ ਬਹੁਤ ਚੁਬੀ ਤੇ ਮੈਨੂੰ ਐ ਲੱਗਿਆ ਵੀ ਇਹ ਗੱਲ ਨਹੀਂ ਸੀ ਇਹਨਾਂ ਨੂੰ ਕਹਿਣੀ ਚਾਹੀਦੀ ਚਲੋ ਠੀਕ ਆ ਜੇ ਸਾਡੀ ਗਲਤੀ ਆ ਬੰਦਾ ਗਲਤੀਆਂ ਦਾ ਪੁਤਲਾ ਗਲਤੀਆਂ ਕਰਦਾ ਰਹਿੰਦਾ ਹੈ ਠੀਕ ਆ ਚਲੋ ਗਲਤੀ ਹੋਈ ਆ ਤਾਂ ਤੁਸੀਂ ਚਲਾਨ ਕੱਟ ਦਿੰਦੇ ਜੇ ਬਾਲੀ ਗੱਲ ਸੀਗੀ ਤੇ ਚਲੋ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਉਹਨਾਂ ਨੇ ਇਦਾਂ ਨਹੀਂ ਕੀਤੀ ਪਰ ਉੱਥੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਪੁਲਸ ਵਾਲੇ ਨੂੰ ਗਾਲਾਂ ਕੱਢ ਕੇ ਬਸ ਆਪਦਾ ਮਨ ਸੈਟੀਸਫਾਈ ਕਰ ਲਾਂ ਮੈਂ ਇਹ ਸੋਚਿਆ ਕਿ ਯਾਰ ਮੈਂ ਜੇ ਆਪ ਪੁਲਸ ਵਰਤੀ ਹੋਵਾਂ ਤਾਂ ਘੱਟੋ ਘਾਟ ਕੱਲ ਨੂੰ ਜਿਹੜੇ ਬੰਦੇ ਮੇਰੇ ਨਾਲ ਮੇਰੇ ਨਾਲ ਵਿਚਰਨਗੇ ਤਾਂ ਘੱਟੋ ਘਾਟ ਉਹ ਤਾਂ ਨਹੀਂ ਇੱਚੇ ਫੇਸ ਕਰਨਗੇ ਤਾਂ ਉਸ ਟਾਈਮ ਤੇ ਮੈਂ ਇਹ ਮਨ ਮਨਾ ਲਿਆ ਕਿ ਮੈਂ ਕੋਪਰੇਟਿਵ ਇਨਸਪੈਕਟਰ ਨੇ ਮੈਂ ਪੰਜਾਬ ਪੁਲਿਸ ਜੁਆਇਨ ਕਰੂੰਗਾ ਤਿਆਰੀ ਕਰਨ ਦੇ ਟਾਈਮ ਮੇਰਾ ਇੱਕ ਫਰੈਂਡ ਸੀਗਾ ਜਿਹੜੇ ਪੰਜਾਬ ਯੂਨੀ ਪੰਡਤਾਂ ਕੋਲੇ ਵੀ ਜਾਂਦਾ ਹੁੰਦਾ ਸੀਗਾ ਤਾਂ ਦੋਰੀ ਦਾ ਟਾਈਮ ਆਫ ਤਿਆਰੀ ਜਿਵੇਂ ਮੈਨੂੰ 2-3 ਸਾਲ ਹੋ ਗਏ ਸੀ 2.5 ਸਾਲ ਹੋ ਗਈ ਤਿਆਰੀ ਕਰਦੇ ਨੂੰ ਮੈਨੂੰ ਮੇਰਾ ਵੈਸੇ ਇੰਨਾ ਜ਼ਿਆਦਾ ਯਕੀਨ ਨਹੀਂ ਸੀਗਾ ਇਹ ਚੀਜ਼ਾਂ ਵਿੱਚ ਐਸਟ੍ਰੋਲੋਜੀ ਵਗੈਰਾ ਇਸ ਤੇ ਉਹ ਇੱਕ ਵਾਰ ਮੈਂ ਉਹਦੇ ਨਾਲ ਗਿਆ ਥੋੜੀ ਉਹਨੂੰ ਪ੍ਰੋਬਲਮਸ ਰਹਿੰਦੀ ਸੀ ਕੋਈ ਲੁਧਿਆਣੇ ਗਏ ਸੀ ਅਸੀਂ ਜਦੋਂ ਉੱਥੇ ਗਏ ਤਾਂ ਉਹਨੇ ਆਪ ਦਾ ਜੋ ਵੀ ਸੀਗਾ ਉਹਨੇ ਦਿਖਾਇਆ ਤੇ ਹੁਣ ਮੈਨੂੰ ਵੀ ਲੱਗਾ ੱੱਕੇ ਰਾਲੰਦ ਵੀ ਯਾਰ ਤੈਨੂੰ ਵੀ ਦਿਖਾਈਏ ਵੀ ਤੇਰਾ ਐਗਜ਼ਾਮ ਜਿਹੜਾ ਉਹ ਕਲੀਅਰ ਨਹੀਂ ਹੋ ਰਿਹਾ 2.5 ਸਾਲ ਹੋ ਗਏ ਤਾਂ ਜਦੋਂ ਮੈਨੂੰ ਅੰਦਰ ਲੈ ਕੇ ਗਏ ਤੇ ਉਹਨਾਂ ਨੇ ਜਦੋਂ ਮੇ ਬੇਰਾ ਤਾਂ ਇੱਥੇ ਯੋਗ ਹੀ ਨਹੀਂ ਰਹਿਗਾ ਬੇ ਐਵੇਂ ਜੋਰ ਲਾਈ ਜਾਂਦਾ ਸਰਕਾਰੀ ਐਗਜ਼ਾਮਸ ਦੇ ਵਿੱਚ ਇਹ ਤਾਂ ਯੋਗ ਉਹ ਕਹਿੰਦੇ ਵੀ ਬਾਹਰ ਆ ਬਰੌਡ ਵਿੱਚ ਆ ਵੀ ਇਹ ਫੋਰ ਸ਼ੋਰ ਬਾਹਰ ਜਾਊਗਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਮੈਨੂੰ ਜਦੋਂ ਕੋਈ ਇਹੋ ਜਿਹੀ ਗੱਲ ਕਰ ਦਿੰਦਾ ਨਾ ਤਾਂ ਮੈਂ ਉਹਨੂੰ ਇਹ ਚੈਲੰਜ ਲੈਣਾ ਹੁੰਦਾ ਵੀ ਇਹ ਤਾਂ ਚੈਲੰਜ ਹੋ ਗਿਆ ਵੀ ਹੁਣ ਤਾਂ ਮੈਂ ਉਹਦੇ ਆਪਦੇ ਆਪ ਦੇ ਮਨ 'ਚ ਹੀ ਸੋਚ ਲਿਆ ਸੀ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਕਿ ਯਾਰ ਹੁਣ ਤਾਂ ਮੈਂ ਇੱਥੇ ਹੀ ਕੁਝ ਨਾ ਕੁਝ ਕਰਕੇ ਦਿਖਾਵਾਂਗਾ ਜੇ ਇਹ ਗੱਲ ਕਰਤੀ ਇਹਨਾਂ ਨੇ ਤੇ ਉਸ ਗੱਲ ਤੋਂ ਬਾਅਦ ਹੀ ਮੈਨੂੰ ਮੈਂ ਹੋਰ ਜ਼ਿਆਦਾ ਡੈਡੀਕੇਸ਼ਨ ਨਾਲ ਤਿਆਰੀ ਕਰਨ ਲੱਗ ਗਿਆ ਸੀਗਾ ਤੇ ਜਦੋਂ ਮੈਂ ਤਿਆਰੀ ਕਰਦਾ ਸੀਗਾ ਤੇ ਅਕਸਰ ਜਦੋਂ ਤਿਆਰੀ ਸ਼ੁਰੂ ਕੀਤੀ ਸੀਗੀ ਤਾਂ ਜਦੋਂ ਕੋਈ ਨਵਾਂ ਬੰਦਾ ਤਿਆਰੀ ਸ਼ੁਰੂ ਕਰਦਾ ਤਾਂ ਉਹਨੂੰ ਇਹ ਹੁੰਦਾ ਕਿ 9-10 ਘੰਟੇ ਸ਼ਾਇਦ ਕੋਈ ਨਹੀਂ ਪੜ ਸਕਦਾ ਤੇ ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ ਕਤੇ ਆ ਕੇ ਦੇਖੋ ਤਾਂ ਉੱਥੇ ਅਕਸਰ ਹੀ ਜਵਾਗ ਜਿਹੜੇ ਆ ਉਹ 8-9 ਘੰਟੇ ਉਹਨਾਂ ਦਾ ਰੁਟੀਨ ਬਣਿਆ ਹੋਇਆ ਪੜਨ ਦਾ ਤੇ ਮੈਂ ਵੀ ਜਦੋਂ ਆਪਣੀ ਤਿਆਰੀ ਸ਼ੁਰੂ ਕੀਤੀ ਸੀ ਤਾਂ ਕੁਝ ਟਾਈਮ ਦੇ ਦੌਰਾਨ ਹੀ ਮੈਂ ਮਤਲਬ 15-20 ਦਿਨ ਜਾਂ ਮਹੀਨੇ ਦੇ ਵਿੱਚ 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 ਹੀ ਮੈਂ ਆਪਣੀ ਤਿਆਰੀ ਜਿਹੜੀ 10-12 ਘੰਟੇ ਸ਼ੁਰੂ ਕਰਤੀ ਸੀ ਤੇ ਮੈਂ ਇੰਨਾ ਜਿਆਦਾ ਡੈਡੀਕੇਟਿਡ ਸੀ ਤਿਆਰੀ ਨੂੰ ਲੈ ਕੇ ਕਿ ਮੈਂ ਆਪਦੇ ਬਾਥਰੂਮ ਦੇ ਵਿੱਚ ਵੀ ਚ ਇਟਸ ਲਾਈਆਂ ਹੁੰਦੀਆਂ ਸੀਗੀਆਂ ਈਵਨ ਕਿ ਜਦੋਂ ਮੈਂ ਰੋਟੀ ਖਾ ਰਿਆਂਦਾ ਸੀ ਉਦੋਂ ਵੀ ਮੈਂ ਪੜ ਰਿਆ ਹੁੰਦਾ ਸੀ ਤੇ ਜਿਹੜੇ ਮੇਰੇ ਨਾਲ ਸਰਕਲ ਸੀਗੇ ਉਹ ਆਪ ਕਹਿੰਦੇ ਸੀਗੇ ਵੀ ਇਹ ਸਾਈਕੋ ਬਣ ਗਿਆ ਮੈਨੂੰ ਐਕਚੁਅਲੀ ਮੈਂ ਇੰਨਾ ਜਿਆਦਾ ਛਿੱਦਤ ਨਾਲ ਪੜਦਾ ਸੀ ਮੈਨੂੰ ਸੁਪਨੇ ਵੀ ਉਹੀ ਹੁੰਦੇ ਸੀ ਜੋ ਮੈਂ ਪੜਦਾ ਸੀਗਾ ਜਿਵੇਂ ਹਿਸਟਰੀ ਦੀ ਕੋਈ ਕਲਾਸ ਹੋਣੀ ਅਕਬਰ ਬਾਰੇ ਦੱਸਣਾ ਤੇ ਮੈਨੂੰ ਸੁਪਨੇ ਵੀ ਉਹੀ ਆਈ ਜਾਂਦੇ ਮੈਂ ਇੰ ਕਹਿੰਦੇ ਸੀਗੇ ਉਹ ਕਾਲ ਕਰ ਲੈਂਦੇ ਸੀਗੇ ਕਹਿੰਦੇ ਸੀਗੇ ਇਧਰ ਉਧਰ ਪਾਰਟੀ ਕਰਨੀ ਹੈ ਕੋਈ ਕੋਈ ਪੰਜਾਬ ਤੋਂ ਕੋਈ ਨਾ ਕੋਈ ਚੰਡੀ ਉਡਾਇਆ ਰਹਿੰਦਾ ਤਾਂ ਮੈਂ ਉਹਨਾਂ ਨੂੰ ਅਵੋਇਡ ਕਰਦਾ ਸੀਗਾ ਵੀ ਮੇਰਾ ਟਾਈਮ ਨਾ ਖਰਾਬ ਹੋਵੇ ਤੇ ਰਾਤ ਨੂੰ ਪੜਨਾ ਤੇ ਰਾਤ ਨੂੰ ਜਦੋਂ ਮੈਂ ਪੜਦਾ ਹੁੰਦਾ ਸੀਗਾ ਤੇ ਅਕਸਰ ਪੀਜੀਆਈ ਨੇੜੇ ਐ ਪੰਜਾਬ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਤੇ ਰਾਤ ਨੂੰ ਓਟੀ ਖਾਣ ਮੈਂ ਪੀਜੀਆਈ ਜਾਂਦਾ ਸੀਗਾ ਤੇ ਜਦੋਂ ਮੈਂ ਕਿਤੇ ਡੀਮੋਟੀਵੇਟ ਹੁੰਦਾ ਸੀ ਉਹਦਾ ਮੈਂ ਜ਼ਰੂਰ ਪੀਜੀਆਈ ਜਾਂਦਾ ਹੁੰਦਾ ਸੀਗਾ ਤੇ ਪੀਜੀਆਈ ਜਾ ਕੇ ਮੈਂ ਦੇਖਣਾ ਟਰੋਮਾ ਸੈਂਟਰ ਤੇ ਲੋਕਾਂ ਦਾ ਇੰਨਾ ਬੁਰਾ ਹਾਲ ਐ ਤੇ ਮੈਂ ਉਹਦਾ ਰੱਬ ਦਾ ਸ਼ੁਕਰਾਨਾ ਕਰ ਦਿੰਦਾ ਨਹੀਂ ਰੱਬ ਵੀ ਤੂੰ ਮੈਨੂੰ ਇੰਨਾ ਸਭ ਕੁਝ ਦਿੱਤਾ ਹੱਥ ਪੈਰ ਮੇਰੇ ਠੀਕ ਚੱਲਦੇ ਤੇ ਮੇਰੇ ਤੋਂ ਇੰਨਾ ਕੁਝ ਵੀ ਨਹੀਂ ਹੋ ਸਕਦਾ ਕਿ ਮੈਂ ਪੜ ਲਵਾਂ ਤੇ ਫਿਰ ਮੈਂ ਹੋਰ ਛਿੱਤਤ ਨਾਲ ਪੜਦਾ ਹੁੰਦਾ ਸੀ ਜਦੋਂ ਮੈਂ ਟਰੋਮਾ ਸ ਕੁਦਰਤੀ ਮੇਰੇ ਤਿੰਨੇ ਐਗਜ਼ਾਮ ਕਲੀਅਰ ਵੀ ਹੋ ਗਏ ਤੇ ਡਿਸਟ੍ਰਿਕਟ ਹੈਡਰ ਪੰਜਾਬ ਪੁਲਿਸ ਮੇਰਾ ਫਰਸਟ ਰੈਂਕ ਆਇਆ ਅਲਓਵਰ ਪੰਜਾਬ ਤੇ 97 ਨੰਬਰ ਆਈ 100 ਵਿੱਚੋਂ ਤਾਂ ਜੌਬ ਦੇ ਨਾਲ ਨਾਲ ਹੀ ਮੈਨੂੰ ਜਿਵੇਂ ਮੈਂ ਪੰਜਾਬ ਚ ਟੌਪ ਕੀਤਾ ਸੀ ਤਾਂ ਸਟੂਡੈਂਟ ਪੁੱਛਦੇ ਹੁੰਦੇ ਸੀਗੇ ਵੀ ਕਿਵੇਂ ਤਿਆਰੀ ਕਰੀਏ ਜੋ ਵੀ ਮੇਰੇ ਲਿੰਕ ਚਾਉਂਦੇ ਸੀਗੇ ਤਾਂ ਮੈਨੂੰ ਥੋੜੀ ਇਨਸਪੀਰੇਸ਼ਨ ਮਿਲੀ ਕਿ ਕਿਉਂ ਨਾ ਜੋ ਅਸੀਂ ਜਿਹੜੇ ਪ੍ਰੋਸੈਸ ਚੋਂ ਹੋ ਕੇ ਨਿਕਲੇ ਆ ਤਾਂ ਉਹਦਾ ਪੰਜਾਬ ਦੇ ਯੂਥ ਨੂੰ ਕਿਉਂ ਨਾ ਬੈਨੀਫਿਟ ਮਿਲੇ ਤਾਂ 2020 ਦੇ ਵਿੱਚ ਮੈਂ YouTube ਤੇ ਚੈਨਲ ਸ਼ੁਰੂ ਕੀਤਾ ਸੀਗਾ JS Puller Vlogs ਨਾਮ ਤੋਂ ਤੇ ਉਹਦੇ ਵਿੱਚ ਮੈਂ ਵੀਡੀਓਸ ਪਾਉਂਦਾ ਹੁੰਦਾ ਸੀਗਾ ਵੀ ਜਿਹੜੇ ਨਵੇਂ ਸਟੂਡੈਂਟ ਕੋਈ ਵੀ ਬੱਚਾ ਪੰਜਾਬ ਦਾ ਸਰਕਾਰੀ ਇਗਜ਼ਾਮ ਦੀ ਤਿਆਰੀ ਸ਼ੁਰੂ ਕਰ ਰਿਹਾ ਵੀ ਉਹਨੂੰ ਕਿਵੇਂ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਵੀ ਇਗਜ਼ਾਮ ਜਲਦੀ ਕਲੀਅਰ ਕਰ ਸਕੇ ਤੇ ਨਾਲ ਇੱਕ ਚੀਜ਼ ਹੋਰ ਹੈ ਇੱਕ ਚੀਜ਼ ਹੈਗੀ ਆ ਜੋ ਤੁਸੀਂ ਨੌਕਰੀ ਲਾਗੇ ਉਦੋਂ ਇਹ ਚੀਜ਼ ਫੀਲ ਕਰੋਗੇ ਵੀ ਜਿੰਨੀ ਤੁਹਾਨੂੰ ਲੱਗਦਾ ਵੀ ਨੌਕਰੀ ਲੈਣੀ ਔਖੀ ਹੈ ਉਸ ਤੋਂ ਜ਼ਿਆਦਾ ਕਈ ਵਾਰੀ ਕਰਨੀ ਔਖੀ ਹੋ ਜਾਂਦੀ ਹੈ ਜੇ ਤੁਸੀਂ ਗਲਤ ਨੌਕਰੀ 'ਚ ਫਸ ਜਾਓ ਗਲਤ ਨੌਕਰੀ ਦਾ ਕੀ ਭਾਵ ਹੈ ਕਈ ਵਾਰੀ ਤੁਸੀਂ ਸੁਣਿਆ ਹੋਣਾ ਵੀ ਬਹੁਤ ਸਾਰੇ ਲੋਕ ਜਿਹੜੇ ਨੌਕਰੀ ਜੁਆਇਨ ਕਰ ਲਏ ਪਰ ਉਦੋਂ ਬਾਅਦ ਛੱਡ ਜਾਂਦੇ ਆ ਕਿਉਂਕਿ ਹਰੇਕ ਬੰਦੇ ਦਾ ਅਲੱਗ-ਅਲੱਗ ਪ੍ਰੋਸਪੈਕਟਿਵ ਹੁੰਦਾ ਜੇ ਨਾਲ ਉਹ ਨੌਕਰੀ ਜੁਆਇਨ ਕਰਦੇ ਆ ਕਈ ਜਣੇ ਸੋਚਦੇ ਆ ਵੀ ਜਿਆਦਾਤਰ ਪੰਜਾਬ ਪੁਲਿਸ ਦੀ ਗੱਲ ਕਰਾਂ ਫਿਲਮਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਆ ਯੂਥ ਬਹੁਤ ਪ੍ਰਭਾਵਿਤ ਹੁੰਦਾ ਫਿਲਮਾਂ ਤੋਂ ਵੀ ਫਿਲਮਾਂ ਚ ਇਹ ਜਿਹਾ ਦਿਖਾਈ ਜਾਂਦੀਆਂ ਵੀ ਪੁਲਿਸ ਵਾਲੇ ਵਰਦੀ ਪਾ ਕੇ ਗੱਡੀ ਲੈ ਕੇ ਇੱਧਰ ਚੱਲੇਗੇ ਉੱਧਰ ਚੱਲੇਗੇ ਜਾਂ ਫਿਰ ਟੌਰ ਲੱਗਦੀ ਉਹਨਾਂ ਨੂੰ ਬਹੁਤ ਜਿਆਦਾ ਹੈ ਤੇ ਦੇਖੋ ਮੇਨ ਚੀਜ਼ ਤੁਸੀਂ ਇਹ ਦੇਖੋ ਵੀ ਕੋਈ ਵੀ ਨੌਕਰੀ ਆ ਉਹਦੇ ਵਿੱਚ ਕੰਮ ਕੀ ਆ ਕਿਉਂਕਿ ਤੁਸੀਂ ਕੋਈ ਵੀ ਨੌਕਰੀ ਜੁਆਇਨ ਕਰਦੇ ਹੋ ਤੁਸੀਂ 30-35 ਸਾਲ ਉਹਦੇ ਵਿੱਚ ਕੰਮ ਕਰਨਾ ਆ ਤਾਂ ਤੁਹਾਡੀ ਜ਼ਿੰ ਤਾਂ ਜੇ ਤੁਸੀਂ ਉਹ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਫੇਰ ਹੀ ਉਹਦੇ ਵਿੱਚ ਸਰਵਾਈਵ ਕਰ पाओगे ਨਹੀਂ ਤਾਂ ਤੁਸੀਂ ਦੁਖੀ ਹੋ ਕੇ ਨੌਕਰੀ ਛੱਡੋਗੇ ਤਾਂ ਇਸ ਕਰਕੇ ਮੈਂ ਉਹ ਚੈਨਲ ਤੇ ਵੀਡੀਓ ਪਾਉਣੀ ਸ਼ੁਰੂ ਕੀਤੀ ਹੈ ਜੀ ਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜੇ ਇਸ ਨੌਕਰੀ 'ਚ ਕਿਹੜੀ ਨੌਕਰੀ 'ਚ ਕਿਦਾਂ ਦਾ ਕੰਮ ਹੈ ਤਾਂ ਕਿ ਤੁਸੀਂ ਉਸੇ ਨੌਕਰੀ ਵੱਲ ਜ਼ੋਰ ਲਾਓ ਜਿਹਦਾ ਤੁਹਾਨੂੰ ਕੰਮ ਪਸੰਦ ਹੈ ਤੇ ਇਸ ਤੋਂ ਇਲਾਵਾ ਵੀ ਜਦੋਂ ਮੈਂ ਨੌਕਰੀ ਜੁਆਇਨ ਕਰਕੇ ਜੌਬ ਤੇ ਲੱਗਿਆ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਪਹਿਲਾਂ ਜਿਵੇਂ ਸਾਨੂੰ ਵੀ ਨਹੀਂ ਸੀ ਪਤਾ ਵੀ ਇੰਨੇ ਚੈਲੰਜੇਜ਼ ਆਉਂਦੇ ਆ ਹਰ ਇੱਕ ਜੌਬ ਦੇ ਵੱਖਰੇ ਚੈਲੰਜ ਹੁੰਦੇ ਆ ਤੇ ਸਪੈਸ਼ਲੀ ਡਿਸਟ੍ਰਿਕਟ ਹੈਡਰ ਪੰਜਾਬ ਪੁਲਿਸ ਆ ਤਾਂ ਬਹੁਤ ਜ਼ਿਆਦਾ ਚੈਲੈਂਜਿੰਗ ਜੌਬ ਆ ਕਿਉਂਕਿ ਫੀਲਡ ਦਾ ਵੀ ਪ੍ਰੈਸ਼ਰ ਹੁੰਦਾ ਤੇ ਲਾਅ ਐਂਡ ਆਰਡਰ ਡਿਊਟੀ ਹੁੰਦੀ ਹੈ ਤਾਂ ਮਤਲਬ ਬਹੁਤ ਹੈਕਟਿਕ ਸ਼ਡਿਊਲ ਆ ਦਾ ਮਤਲਬ ਉਸ ਬੱਚੇ ਹੀ ਜਾਂ ਉਹ ਕੈਂਡੀਡੇਟ ਹੀ ਇਹਨੂੰ ਚੂਜ਼ ਕਰਨ ਜਿਹੜੇ ਕਿ ਬਹੁਤ ਪੈਸ਼ਨੇਟ ਹੈ ਇਸ ਚੀਜ਼ ਦੇ ਕੰਮ ਲਈ ਸਿਰਫ ਜੇ ਤੁਹਾਨੂੰ ਇਸ ਚੀਜ਼ ਦਾ ਹੀ ਖਾਬ ਹੈ ਕਿ ਅੱਲੀ ਵਰਦੀ ਲੈਣੀ ਹੈ ਤੇ ਬਸ ਤੁਹਾਨੂੰ ਐ ਵੀ ਹੀ ਟੌਰਕ ਲੈ ਲਾਂਗੇ ਤੇ ਉਧਰ ਫਿਰ ਤੁਰੇ ਫਿਰਾਂਗੇ ਫਿਰ ਤੁਸੀਂ ਇਸ ਜੌਬ ਵਿੱਚ ਔਖੇ ਹੋਵੋਗੇ ਹਾਂ ਜੇ ਤੁਹਾਡੇ ਮਨ 'ਚ ਇਹ ਹੈ ਵੀ ਅਸੀਂ ਸੁਸਾਇਟੀ ਦਾ ਥੋੜਾ ਭਲਾ ਕਰਨਾ ਹੈ ਜਾਂ ਕੁਝ ਬਦਲਾਅ ਲਿਆਉਣੇ ਚਾਹੁੰਦੇ ਆ ਬਦਲਾਅ ਤੋਂ ਤੁਹਾਨੂੰ ਮੈਂ ਗੱਲ ਦੱਸਦਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਮੇਰੇ ਨਾਲ ਇਨਸੀਡੈਂਟ ਹੋਇਆ ਸੀਗਾ 43 ਸੈਕਟਰ ਵਾਲਾ ਮਦਰ ਆਲਾ ਤੇ ਉਦੋਂ ਮੈਂ ਸੋਚ ਕੇ ਲੱਗਿਆ ਜੀਗਾ ਕਿ ਘੱਟੋ ਘੱਟ ਜਦੋਂ ਮੈਂ ਲੱਗੂਗਾ ਤੇ ਉਦੋਂ ਲੋਕਾਂ ਨੂੰ ਇਹ ਚੀਜ਼ ਫੀਲ ਨਾ ਹੋਵੇ ਇਹ ਚੀਜ਼ ਜਿਹੜੀ ਚੀਜ਼ ਸਾਨੂੰ ਫੀਲ ਕਰਨੀ ਪਈ ਸੀਗੀ ਤਾਂ ਇੱਕ ਰੀਸੈਂਟ ਇਨਸੀਡੈਂਟ ਹੋਇਆ ਵੀ ਮੈਂ ਇਸ ਟਾਈਮ ਜਿੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਪੋਸਟਡ ਆ ਤਾਂ ਉੱਥੇ ਇੱਕ ਨਾਗਰਿਕ ਆਇਆ ਤੇ ਉਹਨੇ ਕਿਸੇ ਆਫਿਸ ਬ੍ਰਾਂਚ ਵਿੱਚ ਜਾਣਾ ਸੀਗਾ ਗਰਾਊਂਡ ਫਲੋਰ ਤੇ ਖੜੇ ਸੀ ਅਸੀਂ ਕੁਦਰਤੀ ਮੈਂ ਵੀ ਉਦੋਂ ਉਹਦੇ ਕੋਲ ਦੀ ਪਾਸ ਹੋ ਰਿਆ ਸੀਗਾ ਤੇ ਸਿਵਲ ਡਰੈਸ 'ਚ ਸੀ ਮੈਂ ਤੇ ਉਹਨਾਂ ਨੇ ਮੈਨੂੰ ਐਸੀ ਪੁੱਛ ਲਿਆ ਉਹਨਾਂ ਨੂੰ ਨਹੀਂ ਪਤਾ ਮੈਂ ਕੌਣ ਹਾਂ ਤੇ ਉਹਨਾਂ ਨੇ ਕਿਹਾ ਵੀ ਫਲਾਣਾ ਆਫਿਸ ਕਿੱਥੇ ਆ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਉੱਪਰ ਜਾ ਕੇ 5th ਫਲੋਰ ਤੇ ਆ ਤੇ ਉਹ ਕਹਿੰਦੇ ਵੀ ਰਸਤਾ ਕਿੱਧਰ ਦੀ ਹੈ ਕਿਉਂਕਿ ਰਸਤਾ ਪਤਾ ਨਹੀਂ ਲੱਗਦਾ ਨਵੇਂ ਬੰਦੇ ਨੂੰ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਕੁਦਰਤੀ 5th ਫਲੋਰ ਤੇ ਜਾ ਰਿਹਾ ਸੀ ਤੁਸੀਂ ਮੇਰੇ ਨਾਲ ਹੀ ਆ ਜਾਓ ਤਾਂ ਉਹ ਮੈਨੂੰ ਕਹਿਣ ਲੱਗੇ ਜੇ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾਂ ਮੈਂ ਕਿਹਾ ਹਾਂਜੀ ਦੱਸੋ ਕਹਿੰਦੇ ਤੁਸੀਂ ਕੀ ਕੰਮ ਕਰਦੇ ਹੋ ਮੁਲਾਜ਼ਮ ਹੋ ਤੁਸੀਂ ਮੈਂ ਕਿਹਾ ਹਾਂਜੀ ਜੀ ਮੈਂ ਵੀ ਮੁਲਾਜ਼ਮ ਹੀ ਹਾਂ ਤੇ ਕਹਿੰਦੇ ਫਿਰ ਗੁਰ ਗੁੱਸਾ ਨਾ ਮੰਨਿਓ ਵੀ ਮੈਂ ਕਰੇ ਦੇਖੇ ਨਹੀਂ ਮੁਲਾਜ਼ਮ ਇਨੇ ਪਲਾਈਟਲੀ ਗੱਲ ਕਰਦੇ ਹੋਏ ਤਾਂ ਮੈਨੂੰ ਉਸ ਟਾਈਮ ਤੇ ਬਹੁਤ ਖੁਸ਼ੀ ਮਿਲੀ ਵੀ ਮੈਂ ਜਿਹੜੀ ਚੀਜ਼ ਸੋਚ ਕੇ ਆਇਆ ਸੀਗਾ ਤੇ ਉਹ ਚੀਜ਼ ਲਈ ਮੈਂ ਬਾਕੀ ਮੈਂ ਕਰ ਚੁੱਕਿਆ ਉਹ ਚੀਜ਼ ਵੀ ਕਰ ਪਾਇਆ ਮੈਂ ਵੀ ਜਿਹੜੀ ਚੀਜ਼ ਫੋਕਸ ਕਰਕੇ ਆਇਆ ਸੀਗਾ ਤੇ ਉਹਨਾਂ ਨੇ ਮੈਨੂੰ ਬਾਅਦ ਚ ਨੰਬਰ ਵੀ ਲਿਆ ਮੇਰਾ ਤੇ ਮੈਨੂੰ ਕਹਿੰਦੇ ਵੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਤਾਂ ਮੈਨੂੰ ਉਦੋਂ ਮੇਰੇ ਅੰਦਰ ਆਤਮਾ ਖੁਸ਼ ਹੋਈ ਤਾਂ ਉਸ ਦੇ ਨਾਲ ਹੀ ਜਿਵੇਂ ਹੁਣ ਮੈਂ ਯੂਥ ਨੂੰ YouTube ਤੇ ਰੂ ਮੈਂ ਕਾਫੀ ਜਣਾਂ ਨੂੰ ਹੈਲਪ ਕਰ ਚੁੱਕਿਆ ਆ ਵੀ ਜਿਹੜੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਤੇ ਬਹੁਤ ਜਣੇ ਮੇਥੋਂ ਗਾਈਡੈਂਸ ਲੈ ਕੇ ਆ थिंक ਅਲੱਗ ਵੀ ਗਏ জব ਤੇ ਤੇ ਮਤਲਬ ਉਹਨਾਂ ਦੀ ਮੈਂ ਹੈਲਪ ਕਰ ਪਾਇਆ ਵੀ ਕਿਹੜੀ ਜੌਬ ਅਲ ਜਾਓ ਤੇ ਬਹੁਤ ਅੰਦਰ ਆਤਮਾ ਨੂੰ ਖੁਸ਼ੀ ਮਿਲਦੀ ਹੈ ਇੱਕ ਤਿਆਰੀ ਕਰਦੇ ਸਮੇ ਇਹ ਵੀ ਤੁਹਾਨੂੰ ਮੰਨ ਲਓ 6-1.5 ਸਾਲ ਹੋ ਗਿਆ ਤਿਆਰੀ ਕਰਦਿਆਂ ਨੂੰ ਤੁਹਾਡੇ ਘਰ ਦੇ ਵੀ ਪ੍ਰੈਸ਼ਰ ਨਹੀਂ ਪਾ ਰਹੇ ਤੁਹਾਡਾ ਸਾਥ ਦੇ ਰਹੇ ਆ ਪਰ ਰਿਸ਼ਤੇਦਾਰ ਜਿਹੜੇ ਆ ਉਹ ਤੁਹਾਨੂੰ ਕਈ ਵਾਰੀ ਪਿੰਨ ਪੁਆਇੰਟ ਕਰਨ ਲੱਗ ਜਾਂਦੇ ਆ ਵੀ ਹਾਂ ਵੀ ਫਲਾਣੇ ਸਿਆਂ ਤੂੰ ਆਹ ਤਿਆਰੀ ਕਰੀ ਜੰਨਾ ਕੀ ਬਣਿਆ ਤੇਰਾ ਬਣੀ ਨਹੀਂ ਗੱਲ ਹੇ ਤਈ ਤਾਂ ਘਰ ਦੇ ਨੂੰ ਵੀ ਤੁਹਾਡੇ ਕਹਿਣ ਲੱਗ ਜਾਂਦੇ ਆ ਤਾਂ ਤੁਹਾਡਾ ਉਦੋਂ ਮਨੋਬਲਥ ਹੋ ਸਕਦਾ ਥੋੜਾ ਆ ਟਲਣ ਲੱਗ ਜੇ ਪਰ ਤੁਸੀਂ ਇਹ ਚੀਜ਼ ਮੰਨ ਕੇ ਚੱਲਿਓ ਵੀ ਲੋਕੀ ਤਾਂ ਗੱਲਾਂ ਕਰਦੇ ਹੀ ਰਹਿੰਦੇ ਆ ਫਾਰ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਦੱਸਾਂ ਮੇਰੇ ਜਦੋਂ 97 ਨੰਬਰ ਆਏ ਸੀਗੇ 100 ਵਿੱਚੋਂ 2016 ਦੇ ਵਿੱਚ ਤਾਂ ਉਦੋਂ ਲੋਕੀ ਬੀ ਲਾਈਨ ਨੇ ਨੰਬਰ ਤਾਂ ਹੀ ਨਹੀਂ ਸਕਦੇ ਜੇ ਨੇ ਤਾਂ ਪੇਪਰ ਲੀਕ ਲੁਕ ਕਰਾਇਆ ਹੋਣਾ ਪੈਸੇ ਪੂਰੇ ਦਿੱਤੇ ਹੋਣੇ ਆ ਤੇ ਅੱਜ ਦੇ ਟਾਈਮ ਤੇ ਲੋਕੀ ਕੀ ਕਹਿੰਦੇ ਆ ਜਿਹੜੇ ਹੁਣ ਤਿਆਰੀ ਕਰ ਰਹੇ ਆ ਉਹ ਕਹਿੰਦੇ ਆ ਵੇਲ ਆ ਉਸ ਟਾਈਮ ਦਾ ਪੇਪਰ ਹੀ ਬੜਾ ਸੌਖਾ ਸੀਗਾ ਉਹ ਦਾ ਕਲੀਅਰ ਕਰਨਾ ਬਹੁਤ ਸੌਖਾ ਸੀਗਾ ਨੰਬਰ ਲੈਣੇ 99 ਸੌਖੇ ਜੀ ਇਹ ਜੋ ਜ਼ੋਰ ਹੈਗਾ ਤਾਂ ਹੁਣ ਕਲੀਅਰ ਕਰਕੇ ਦਿਖਾਓ ਤਾਂ ਇਦਾਂ ਦੀਆਂ ਗੱਲਾਂ ਨਾਲ ਚਲਦੀਆਂ ਰਹਿਣੀਆਂ ਲੋਕਾਂ ਦਾ ਮੂੰਹ ਆਪਾਂ ਬੰਨ ਨਹੀਂ ਕਰ ਸਕਦੇ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆ ਤੁਸੀਂ ਆਪਦਾ ਮਨ ਨਹੀਂ ਡੋਲਣਾ ਬਸ ਤੁਸੀਂ ਲੱਗੇ ਰਹਿਣਾ ਮੈਂ ਇਹੀ ਕਹਿਣਾ ਚਾਹੁੰਗਾ ਵੀ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਆਪਾਂ ਮਤਲਬ ਸੋਸਾਇਟੀ ਆਪਣੀ ਸਾਰੀ ਠੀਕ ਹੈ ਪੈਸਾ ਜ਼ਰੂਰੀ ਜ਼ਰੂਰ ਹੁੰਦਾ ਲਾਈਫ ਵਿੱਚ ਪਰ ਪੈਸੇ ਨੂੰ ਕੱਲਾ ਟੀਚਾ ਨਾ ਮੰਨ ਲਓ ਜਿਹੜੀਆਂ ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਤੁਹਾਨੂੰ ਮੈਂ ਸ਼ੇਅਰ ਕੀਤੀਆਂ ਇਹ ਅੰਦਰ ਆਤਮਾ ਨੂੰ ਖੁਸ਼ੀ ਦਿੰਦੀ ਹੈ ਆਪਾਂ ਨੂੰ ਇਨਸਾਨੀਅਤ ਵੱਲ ਪਹਿਲਾਂ ਜਾਣਾ ਚਾਹੀਦਾ ਹੈ ਨਾ ਕਿ ਦੁਨੀਆਵੀ ਚੀਜ਼ਾਂ ਵੱਲ ਜਾ ਕੇ ਆਪਾਂ अच्छे ਇਨਸਾਨ ਬਣਾਂਗੇ ਫਿਰ ਹੀ ਆਪਾਂ ਆਪਦੇ ਸਮਾਜ ਨੂੰ ਸੁਧਾਰ ਸਕਦੇ ਹਾਂ ਜੀ ਇਹੀ ਮੇਰਾ ਤੁਹਾਨੂੰ ਜਿਹੜੇ ਨਵੇਂ ਯੂਰ ਤਿਆਰੀ ਕਰ ਰਹੇ ਐਗਜ਼ਾਮ ਦੀ ਉਹਨਾਂ ਨੂੰ ਇਹੀ ਮੇਰੀ ਕਹਿ ਲਓ ਇਨਸਟਰਕਸ਼ਨ ਕਹਿ ਲਓ ਜਾਂ ਫਿਰ ਕਹਿ ਲਓ ਸੁਝਾਅ ਕਹਿ ਲਓ ਜਾਂ ਫਿਰ ਬੇਨਤੀ ਕਹਿ ਲਓ ਇਹੀ ਆ ਵੀ ਆਪਾਂ ਪਹਿਲਾਂ ਇਨਸਾਨੀਅਤ ਦੇ ਟੀਚੇ ਵੱਲ ਚੱਲੀਏ ਤੇ ਬਾਕੀ ਚੀਜ਼ਾਂ ਆਪਣੇ ਸਮਾਜ ਵਿੱਚ ਆਪੇ ਠੀਕ ਹੁੰਦੀਆਂ ਜਾਣਗੀਆਂ ਧੰਨਵਾਦ ਜੀ ਸਸਰੇਕਰ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ